ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਚਰਚਾ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਵੱਡੀਆਂ ਤੇ ਅਹਿਮ ਖਬਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਅਮਿਤ ਰਤਨ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਕਿ ਕਿਸ ਤਰੀਕੇ ਦੀ ਕਾਰਵਾਈ ਰਹਿਣ ਵਾਲੀ ਹੈ ਕਿੱਥੋਂ ਤੱਕ ਤਾਰਾਂ ਜੁੜਦੀਆਂ ਨਜ਼ਰ ਆਉਣਗੀਆਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਦੀ ਵੀ ਗ੍ਰਿਫਤਾਰੀ ਹੋਈ ਹੈ ਆਖਿਰ ਮਾਮਲਾ ਕਿੱਥੋਂ ਤੱਕ ਹੈ ਕਿ ਚਰਨਜੀਤ ਸਿੰਘ ਚੰਨੀ ਤੱਕ ਵੀ ਤਾਰਾਂ ਜੁੜਨਗੀਆਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਹੋਏ ਨੇ ਉਗੇ ਸਿੱਖ ਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਕਾਨਪੁਰ ਸਾਹਿਬ ਪ੍ਰੋਗਰਾਮ ਸਵਾਗਤ ਹੈ ਜੀ ਜੀ ਆਇਆਂ ਚੱਠਾ ਸਾਹਿਬ ਵਿਨਿੰਗ ਪੰਜਾਬ ਪ੍ਰੋਗਰਾਮ ਦੇਖ ਰਹੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਬਹੁਤ ਹੀ ਮਾਣ ਤੇ ਸਤਿਕਾਰਯੋਗ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਨਪੁਰ ਸਾਹਿਬ ਜਿਸ ਤਰੀਕੇ ਨਾਲ ਰੋਜ਼ ਆਪਾਂ ਜ਼ਿਕਰ ਕਰਦੇ ਹਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਲਜ਼ਾਮ ਲੱਗੇ ਸੀ ਕਿ ਉਹਦੀ ਗ੍ਰਿਫਤਾਰੀ ਹੋਏਗੀ ਪਰ ਹੁਣ ਆਵਾਜ਼ ਮੈਚ ਕਰ ਗਈ ਹੈ ਕਹਿੰਦੇ ਉਹਨਾਂ ਦੀ ਆਵਾਜ਼ ਦੀ ਪੁਸ਼ਟੀ ਹੋ ਚੁੱਕੀ ਉਸ ਤੋਂ ਬਾਅਦ ਗ੍ਰਿਫਤਾਰੀ ਵੀ ਹੋਈ ਹੈ ਕਿਵੇਂ ਦੇਖਦੇ ਹੋ? ਚੱਠਾ ਸਾਹਿਬ ਅਮਿਤ ਰਤਨ ਬਾਰੇ ਆਮ ਮੀਡੀਆ ਦੇ ਵਿੱਚ ਇਹ ਸੀ ਕਿ ਇਹਨੂੰ ਹੱਥ ਪਾਉਣਾ ਬਹੁਤ ਔਖਾ ਹੈ ਕਿਉਂਕਿ ਇਹਦੀ ਜਿਹੜੀ ਅਪਰੋਚ ਹੈਗੀ ਹੈ ਅਫਸਰਸ਼ਾਹੀ ਦੇ ਵਿੱਚ ਵੀ ਤੇ ਦਿੱਲੀ ਤੱਕ ਹੈ। ਇਸ ਲਈ ਹਰ ਇੱਕ ਬੰਦਾ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਤੰਜ ਕਰਦਾ ਸੀਗਾ ਕਿ ਭਗਵੰਤ ਮਾਨ ਆਪਣੇ ਬੰਦਿਆਂ ਨੂੰ ਬਚਾ ਰਿਹਾ ਹੈ ਤੇ ਆਪਣੇ ਬੰਦਿਆਂ ਦੇ ਉੱਤੇ ਉਹਦੀ ਤਾਕਤ ਨਹੀਂ ਹੈਗੀ ਕਿ ਉਹ ਇਸ ਬਠਿੰਡੇ ਦੇ ਐਮਐਲਏ ਅਮਿਤ ਰਤਨ ਨੂੰ ਹੱਥ ਪਾ ਲੈਣ ਕਿਉਂਕਿ ਵਿਰੋਧੀ ਵੀ ਕਹਿੰਦੇ ਸੀ ਇਹ ਬਾਕੀਆਂ ਨੂੰ ਪਾਰਟੀਆਂ ਨੂੰ ਫੜੀ ਜਾਂਦਾ ਆਪਣਾ ਕਿਉਂ ਨਹੀਂ ਫੜਦਾ ਹੈਗਾ ਤੇ ਫੱਲਾਂ ਪਹੁੰਚਾ ਸੀ ਸਰਾਰੀ ਨੂੰ ਉਹਦੇ ਬਾਰੇ ਕਾਰਵਾਈ ਹੋ ਰਹੀ ਹੈ ਨਾ ਇਹਦੇ ਬਾਰੇ ਹੋ ਰਹੀ ਹੈ ਪਰ ਇਹ ਅਮਿਤ ਰਤਨ ਕਹਿੰਦਾ ਸੀ ਵੀ ਜੋ ਰਿਕਾਰਡਿੰਗ ਮੇਰੇ ਪੀਆ ਅਖੌਤੀ ਪੀਏ ਮੇਰਾ ਜਿਹਨੇ ਉਹ ਦਿੱਤੀ ਹੈ ਉਹ ਮੇਰੀ ਆਵਾਜ਼ ਹੈ ਹੀ ਨਹੀਂ ਹੈਗੀ ਉਹ ਜਿਹੜੀ ਰਿਕਾਰਡ ਸੀ ਉਹ ਲੈਬੋਰਟਰੀ ਚ ਭੇਜਦੇ ਸੀ ਲੈਬੋਰਟਰੀ ਦੇ ਵਿੱਚ ਉਹ ਆਵਾਜ਼ ਪਾਸ ਹੋ ਗਈ ਹੈ ਕਿ ਉਹ ਜਿਹੜੀ ਆਵਾਜ਼ ਹੈ ਅਮਿਤ ਰਤਨ ਦੀ ਉਹ ਹੈ ਉਹੀ ਇਹਦੇ ਵਿੱਚ ਸੌਦਾ ਕਰ ਰਿਹਾ ਉਹ ਸਾਰਾ ਕੁਛ ਇਹ ਦੇਖਣ ਤੋਂ ਬਾਅਦ ਸੀਐਮ ਪੰਜਾਬ ਨੇ ਵਿਜੀਲੈਂਸ ਨੂੰ ਹਰੀ ਝੰਡੀ ਦੇ ਦਿੱਤੀ ਸੀਗੀ ਵੀ ਤੁਸੀਂ ਪੂਰੀ ਕਾਰਵਾਈ ਕਰੋ ਕੋਈ ਨਹੀਂ ਬਖਸ਼ਿਆ ਜਾਣਾ ਜਿਹੜਾ ਵੀ ਬੰਦਾ ਪੰਜਾਬ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਪੈਸਾ ਜਾਂ ਲੋਕਾਂ ਦੇ ਟੈਕਸ ਨੂੰ ਨਜਾਇਜ਼ ਵਰਤੋਂ ਆਪਣੇ ਹੁੰਦੇ ਚਾਹੇ ਉਹ ਕਿੱਡਾ ਹੀ ਵੱਡਾ ਅਪਰੋਚ ਵਾਲਾ ਹੋਵੇ ਕਿੱਡਾ ਹੀ ਬੜਾ ਮੰਤਰੀ ਹੋਵੇ ਕਿੱਡਾ ਹੀ ਵੱਡਾ ਹੋਵੇ ਉਹ ਬਖਸ਼ਿਆ ਨਹੀਂ ਜਾਏਗਾ। ਇਸ ਨੂੰ ਮੁੱਖ ਰੱਖਦੇ ਹੋਏ ਭਗਵੰਤ ਮਾਨ ਦੀ ਇਹ ਪ੍ਰੈਸਟੀਜ ਦਾ ਸਵਾਲ ਸੀ ਕਿਉਂਕਿ ਜੇ ਭਗਵੰਤ ਮਾਨ ਇੱਥੇ ਨਰਮ ਹੋ ਜਾਂਦਾ ਤਾਂ ਵਿਰੋਧੀਆਂ ਨੂੰ ਸੈਸ਼ਨ ਦੇ ਵਿੱਚ ਇਹ ਗੱਲ ਦਾ ਰੌਲਾ ਪਾਉਣ ਵਾਸਤੇ ਉਹਨਾਂ ਨੂੰ ਸਮਾਂ ਮਿਲ ਜਾਣਾ ਸੀ ਇਹਨਾਂ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਕਿ ਉਸ ਬੰਦੇ ਨੂੰ ਜਿਹਨੂੰ ਕਹਿੰਦੇ ਹਪਾ ਸਕਦਾ ਉਹਨੂੰ ਕੱਲ੍ਹ ਬਠਿੰਡਾ ਪੁਲਿਸ ਨੇ ਅਰੈਸਟ ਕਰ ਲਿਆ ਅਤੇ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ। ਦੇਖੋ ਬਹੁਤ ਵਧੀਆ ਸ਼ੁਰੂਆਤ ਹੈਗੀ ਹੈ ਇਹਦੇ ਫੜਨ ਦੇ ਨਾਲ ਬਹੁਤ ਕੁਛ ਭੇਦ ਸਾਹਮਣੇ ਆਉਂਦੇ ਕਿ ਕਿਸ ਤਰ੍ਹਾਂ ਇਹ ਗ੍ਰਾਂਟਾਂ ਦੇ ਝਾਸੇ ਨਾਲ ਜਾਂ ਪਿੰਡਾਂ ਦੇ ਡਿਵੈਲਪਮੈਂਟ ਦੇ ਰਾਹੀਂ ਕਿਸ ਤਰ੍ਹਾਂ ਅੰਦਰੂਨੀ ਕਮਿਸ਼ਨਾਂ ਕਰਕੇ ਲੋਕਾਂ ਨੂੰ ਪੈਸੇ ਦਿੰਦੇ ਸੀ ਅਤੇ ਕਰ ਪਰ ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਵੀ ਇਸੇ ਸਰਕਾਰ ਟਾਈਮ ਨਹੀਂ ਸ਼ੁਰੂ ਹੋਈ ਇਹ ਸਰਕਾਰਾਂ ਦੇ MLA ਤਾਂ ਕਰਦੇ ਆਏ ਨੇ ਇਹ ਸ਼ੁਰੂਆਤ ਜੋ ਹੈ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਵੀ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਹੁਣ ਵਾਲਾ ਅਤੇ ਇਸ ਤੋਂ ਪਹਿਲਾਂ ਜਿਹਨੇ ਵੀ ਪੈਸੇ ਖਾਧੇ ਹੋਣਗੇ ਉਹਦੇ ਅਸੀਂ ਵਾਪਸ ਨਿਕਲਾਵਾਂਗੇ ਉਲਟੀ ਕਰਾਵਾਂਗੇ ਉਹ ਕੰਮ ਸ਼ੁਰੂ ਹੋ ਗਿਆ ਹੁਣ ਬਾਕੀਆਂ ਨੂੰ ਵੀ ਫਿਕਰ ਪਏ ਹੋਏ ਨੇ ਵੀ ਸਾਡੇ ਵੱਲ ਵੀ ਜਿਹੜਾ ਹੈ ਵਿਜੀਲੈਂਸ ਦਾ ਜਿਹੜਾ ਹੈ ਤੀਰ ਕਮਾਨ ਤੀਰ ਸਾਡੇ ਵੱਲ ਵੀ ਆਉਣ ਵਾਲਾ ਇਸ ਨੂੰ ਮੈਂ ਇੱਕ ਵਧੀਆ ਪੰਜਾਬ ਲਈ ਅੱਛੀ ਸ਼ੁਰੂਆਤ ਕਰੂੰਗਾ। ਕਾਨਪੁਰ ਸਾਹਿਬ ਜਿਸ ਤਰੀਕੇ ਨਾਲ ਵਿਰੋਧੀ ਕਹਿ ਰਹੇ ਸੀਗੇ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਹਿਸਾਬ ਕਰਾਂਗੇ ਤਾਂ ਉਹ ਇਸ ਮੁੱਦੇ ਨੂੰ ਲੈ ਕੇ ਘੇਰਨ ਦੀ ਤਿਆਰੀ ਦੇ ਵਿੱਚ ਸੀਗੇ। 3 ਤਰੀਕ ਨੂੰ ਸੰਸਦ ਦੀ ਕਾਰਵਾਈ ਵੀ ਸ਼ੁਰੂ ਹੋਣ ਜਾ ਰਹੀ ਹੈ ਸੈਸ਼ਨ, ਮਾਫ ਕਰਨਾ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਬਜਟ ਸੈਸ਼ਨ, ਤਾਂ ਉਸ ਤੋਂ ਪਹਿਲੇ ਹੀ ਮਾਨ ਸਰਕਾਰ ਨੇ ਜਿਹੜੀ ਇਹ ਵੱਡੀ ਕਾਰਵਾਈ ਕਰਤੀ ਹੈ ਤਾਂ ਕੀ ਲੱਗਦਾ ਕਿ ਮੁੱਦਾ ਖਤਮ ਕਰ ਦਿੱਤਾ ਵਿਰੋਧੀਆਂ ਦੇ ਲਈ? ਨਹੀਂ, ਵਿਰੋਧ ਖਤਮ ਨਹੀਂ ਹੋਇਆ ਹੈਗਾ, ਇੱਕ ਫੜਨ ਦੇ ਨਾਲ ਕੋਈ ਸਾਰਾ ਮਸਲਾ ਨਹੀਂ ਹੱਲ ਹੋ ਜਾਂਦਾ ਕਿਉਂਕਿ ਇਸ ਨੂੰ ਸਭ ਤੋਂ ਬਠਿੰਡੇ ਤਾਕਤਵਰ ਬੰਦਾ ਅਪਰੋਚ ਵਾਲਾ ਕਿਉਂਕਿ ਇਹਦੇ ਪਰਿਵਾਰ ਦੇ 10-15 ਅਫਸਰ ਵੱਡੇ ਵੱਡੇ ਰੁਤਬਿਆਂ ਦੇ ਉੱਤੇ ਲੱਗੇ ਨੇ, ਦਿੱਲੀ 'ਚ ਬੈਠੇ ਨੇ, ਇੱਥੇ ਬੈਠੇ, ਕੰਮ ਸਾਰਾ ਅਫਸਰਾਂ ਨੇ ਕਰਨਾ ਹੁੰਦਾ ਅਤੇ ਵਿਜੀਲੈਂਸ ਅਤੇ ਪੁਲਿਸ ਵਿੱਚ ਵੀ ਇਹਦਾ ਇਨਫਲੂਐਂਸ ਸੀ ਵੀ ਇਸ ਨੂੰ। ਮੇਰੀ ਵੀ ਕੱਲ੍ਹ ਕਿਸੇ ਵੱਡੇ VIP ਨਾਲ ਗੱਲ ਹੋਈ ਸੀ, ਉਹ ਕਹਿਣ ਲੱਗਿਆ ਸੀ ਵੀ ਇਹਨੂੰ ਹੱਥ ਪਾਉਣਾ ਬੜਾ ਮੁਸ਼ਕਿਲ ਹੈ, ਇਹਦਾ ਜਿਹੜਾ ਹੈਗਾ ਦਾਇਰਾ ਬਹੁਤ ਵੱਡਾ ਹੈ। ਪਰ ਮੈਂ ਸਮਝਦਾ ਜਿੱਦਾਂ ਆਪਾਂ ਪਿੱਛੇ ਕਿਹਾ ਸੀ ਕਿ ਅਫਸਰ IAS ਤੇ PCS ਟਰੈਕ ਕਰ ਲਈ ਸੀ, ਲੇਕਿਨ ਇੱਕੇ ਧਮਕੀ ਦਿੱਤੀ ਸੀਗੀ ਭਗਵੰਤ ਮਾਨ ਨੇ
कि जे इन्ने बजे 12 बजे तक तुसी हाजिर हो ठीक है नहीं सब सस्पेंड और सारे इस तरह इहनू हथ पाउण दे नाल जिहड़े बाकी छोटे सीगे उहनां नू बुखार चढ़ना शुरू हो गया कंबड़ी शुरू हो गई है भई हुण साडी वी वारी आउणी चाहीदी है विधानसभा तां रौला पऊगा ही पऊगा अजे इह फड़िया गया अजे सरारी बैठे आ होर कई इदां दे ने जिहनां दी रिकॉर्डिंग आई हुई है पर विजिलेंस सब दे रिकॉर्ड इकट्ठे कर रही है इकट्ठे करके इहनां सब नू उहदे विच इहनां दे खिलाफ भी ਜਿਹੜੇ ਉੱਥੋਂ ਅਮਰ ਸਿੰਘ ਹਰਿੰਦਰ ਸਿੰਘ ਵੀਰ ਲਾਡੀ ਉਹ ਵਿਜੀਲੈਂਸ ਅੱਗੇ ਵੀ ਦਰਖਾਸਤ ਦੇ ਧਰਨੇ ਵੀ ਦੇ ਚੁੱਕੇ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਇਹ ਕਾਰਵਾਈ ਹੋਣ ਨਾਲ ਕੁਛ ਨਾ ਕੁਛ ਜਿਹੜੀ ਸਾਂਤ ਤਾਂ ਹੋਊਗੀ ਲੇਕਿਨ ਜੇ ਕਹੀਏ ਵੀ ਕਾਇਦਾ ਮਤਲਬ ਇਹ ਸਰਕਾਰ ਤੋਂ ਦਾਗ ਉੱਤਰ ਜਾਣਗੇ ਉਹ ਦਾਗ ਉੱਤਰਨ ਵਾਲੀ ਗੱਲ ਨਹੀਂ ਵਿਜੀਲੈਂਸ ਹੋਰ ਵੀ ਓਪੋਜ਼ਿਸ਼ਨ ਤਕੜੀ ਹੋ ਕੇ ਇਹਨਾਂ ਦਾ ਵਿਰੋਧ ਕਰੋ ਤੇ ਖਾਲਕੋ ਸਾਹਿਬ ਇਸ ਖਬਰ ਤੇ ਆਖਰੀ ਸਵਾਲ ਹੈ ਮੇਰਾ ਜਿਹੜੀ ਮਾਨ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ ਪੂਰੀ ਇਮਾਨਦਾਰੀ ਨਾਲ ਕੀਤੀ ਹੈ ਜਾਂ ਫਿਰ ਵਿਰੋਧੀਆਂ ਤੋਂ ਆਪਣਾ ਖੇੜਾ ਸਟਰੋਂਗਲੀ ਕੀਤੀ ਹੈ ਦੇਖੋ ਚੱਠਾ ਸਾਹਿਬ ਜੋ ਗੱਲ ਚੰਗੀ ਹੁੰਦੀ ਹੈ ਚਾਹੇ ਆਪਾਂ ਵਿਰੋਧੀ ਵੀ ਹੋਈ ਹੈ ਉਸ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੁਣ ਚੰਗੀ ਗੱਲ ਨੂੰ ਚੰਗੀ ਕਹਿਣਾ ਚਾਹੀਦਾ ਜੋ ਸ਼ੁਰੂ ਅੱਜ ਤੱਕ ਪੰਜਾਬ ਕਰਜਈ ਕਿਉਂ ਹੋਇਆ ਅੱਜ ਪੰਜਾਬ ਦਿਵਾਲੀਆ ਕਿਉਂ ਹੈ ਅੱਜ ਪੰਜਾਬ ਹਰ ਕੰਮ ਕਰਨ ਤੋਂ ਪਹਿਲਾਂ ਵਿਆਜ ਪੈਸੇ ਲੋਨ ਲੈਂਦਾ ਕਰਜ਼ਾ ਲੈਂਦਾ ਕਿਉਂ ਲੈਂਦਾ ਕਿ ਸਾਡੇ ਜਿਹੜੇ ਇਹ ਅਫਸਰਸ਼ਾਹੀ ਜਾਂ ਸਾਡੇ ਲੀਡਰ ਪੰਜਾਬ ਨੂੰ ਲੁੱਟ ਕੇ ਖਾ ਗਏ ਨੇ ਉਹਨਾਂ ਦਾ ਪੈਸਾ ਇਹ ਵਾਪਸ ਆਊਗਾ ਮੈਂ ਸਮਝਦਾ ਪੰਜਾਬ ਦੇ ਜਿਹੜਾ ਸਿਰ ਕਰਜ਼ਾ ਉਤਰਿਆ ਹੋਇਆ ਉਤਰ ਸਕਦਾ ਚਲੋ ਇਹ ਉਤਰ ਸਕਦਾ ਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਹੁਣ ਗ੍ਰਿਫਤਾਰੀ ਹੋਈ ਹੈ ਦੇਖਣਾ ਜ਼ਰੂਰ ਹੋਵੇਗਾ ਕਿ ਵਿਜੀਲੈਂਸ ਪੂਰੇ ਮਾਮਲੇ ਦੇ ਵਿੱਚ ਅੱਗੇ ਕਿਸ ਤਰੀਕੇ ਦੇ ਖੁਲਾਸੇ ਕਰਦੀ ਹੈ ਨਾਲੇ ਕਾਂਪੂ ਸਾਹਿਬ ਗੱਲ ਕਰਾਂਗੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਦੇ ਕਰੀਬੀ ਸੀ ਇੱਕ ਬਿਲਟਰ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਰੀਬ 2 ਕਰੋੜ ਦੇ ਲਗਭਗ ਚੂਨਾ ਲਾਇਆ ਸੀਗਾ ਤਾਂ ਉਹਦੀ ਵੀ ਗ੍ਰਿਫਤਾਰੀ ਹੋਈ ਹੈ ਕਿਵੇਂ ਦੇਖਦੇ ਹੋ ਕਿੱਥੇ ਤੱਕ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ ਚੱਠਾ ਸਾਹਿਬ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਹੁਤ ਹੀ ਨਜ਼ਦੀਕੀ ਕਿਉਂਕਿ ਚਰਨਜੀਤ ਚੰਨੀ ਵੀ ਪਹਿਲਾਂ ਇੱਕ ਠੇਕੇਦਾਰੇ ਸੀ ਇਹੀ ਕੰਮ ਕਰਦੇ ਇਸ ਲਈ ਉਹਨਾਂ ਦੇ ਜਿਹੜਾ ਦਾਇਰਾ ਹੈ ਠੇਕੇਦਾਰੀ ਦੇ ਵਿੱਚ ਉਹਨਾਂ ਦਾ ਦਾਇਰਾ ਉਹ ਗਾਉਣ ਵਾਲੇ ਪਾਸੇ ਵੀ ਨੇ ਜੇ ਕਹੂਗਾ ਮੈਂ ਗਾ ਵੀ ਲੈਂਦਾ ਸੀ ਉਹ ਭੰਗੜਾ ਵੀ ਪਾ ਲੈਂਦਾ ਸੀ ਬੋਲੀਆਂ ਵੀ ਪਾ ਲੈਂਦਾ ਸੀ ਅਤੇ ਸਾਰੇ ਕੰਮ ਬਿਲਡਰ ਵੀ ਸੀਗਾ ਇਸ ਲਈ ਉਹਨਾਂ ਦਾ ਬਹੁਤ ਹੀ ਨਜ਼ਦੀਕੀ ਸਾਥੀ ਪ੍ਰਵੀਨ ਕੁਮਾਰ ਜਿਹੜਾ ਕਿ ਅੰਬਿਕਾ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈਗਾ ਉਸ ਬੰਦੇ ਨੇ ਖਰੜ ਮੋਹਾਲੀ ਕੁਰਾਲੀ ਦੇ ਵਿੱਚ ਬਹੁਤ ਸਾਰੀਆਂ ਨਜਾਇਜ਼ ਕਲੋਨੀਆਂ ਕਿਉਂਕਿ ਨਗਰ ਪਾਲਿਕਾ ਦੇ ਵਿੱਚ ਜਦੋਂ ਮੰਤਰੀ ਨਾਲ ਜਾਂ ਕਿਸੇ ਨਾਲ ਯਾਰੀ ਹੁੰਦੀ ਹੈ ਜਦੋਂ ਆਪਣੇ ਕੰਮ ਅਫਸਰ ਆਪ ਹੀ ਕਰੀ ਜਾਂਦੇ ਡਰ ਦੇ ਮਾਰੇ ਵੀ ਇਹ ਸੀ ਐਮ ਸਾਹਿਬ ਦਾ ਬੰਦਾ ਇਹ ਮੰਤਰੀ ਦਾ ਬੰਦਾ ਇਹ MLA ਦਾ ਬੰਦਾ ਉਹਦੇ ਕੰਮ ਬਿਨਾਂ ਨਕਸ਼ੇ ਪਾਸ ਕਰਾਏ ਬਿਨਾਂ ਕੁਛ NOC ਲਏ ਲੋਕ ਪ੍ਰੋਪਰਟੀ ਕਰੋੜਾਂ ਰੁਪਈਏ ਦੀ ਵੇਚ ਦਿੱਤੀ ਜਿਹੜਾ ਕਿ ਸਰਕਾਰ ਨੂੰ ਦੇਖੋ ਲੋਕਾਂ ਦਾ ਚੂਨਾ ਲੱਗਿਆ ਆਪਾਂ ਕਹਿੰਦੇ ਬਹੁਤ ਸਸਤਾ ਪਲਾਟ ਵਿਕਦੇ ਲੈ ਲਓ ਉੱਥੇ ਨਾ ਉੱਥੇ ਕੋਈ ਬਿਜਲੀ ਹੁੰਦੀ ਉਹਦੇ ਪ੍ਰੇਸ਼ ਹੁੰਦੀ ਬਿਜਲੀ ਦਾ ਕਨੈਕਸ਼ਨ ਮਿਲ ਜੂਗਾ ਨਾ ਕੋਈ ਉੱਥੇ ਸੀਵਰੇਜ ਹੁੰਦਾ ਅਤੇ ਨਾ ਹੀ ਕੁਛ ਹੁੰਦਾ ਇਹ ਵੇਚ ਕੇ ਪਾਲ ਜਾਂਦੇ ਨੇ ਪਿੱਛੋਂ ਵਿਚਾਰਾ ਪੈਸੇ ਜਿਹੜਾ ਜੋੜ ਜੋੜ ਕੇ ਪਲਾਟ ਲੈਂਦਾ ਉਹ ਧੱਕੇ ਖਾਂਦਾ ਇਹ ਲੋਕ ਕਲੋਨਾਈਜ਼ਰ ਇੱਦਾਂ ਹੀ ਕਰਦੇ ਨੇ ਕਰਦੇ ਇਹ ਅਪਰੋਚ ਨਾਲ ਨੇ ਇਸ ਲਈ ਜਦੋਂ ਹੁਣ ਇਹ ਫਾਈਲ ਖੁੱਲੀ ਹੈ ਤਾਂ ਇਹਨੇ ਘੱਟ ਤੋਂ ਘੱਟ ਸਰਕਾਰੀ ਜਿਹੜੀ ਰੈਵਨਿਊ ਆਉਂਦਾ ਸਰਕਾਰੀ ਖਰਚਾ ਜਿਹੜੀ ਦੂਜਾ ਚੂਨਾ ਤਾਂ ਕਰੋੜਾਂ ਤੋਂ ਬਹੁਤ ਹੋ ਜਾਊਗਾ ਜਿਹੜਾ ਇਹਨਾਂ ਨੇ ਇਹ ਚੂਨਾ ਸਰਕਾਰ ਨੂੰ ਟੈਕਸ ਦਾ ਲਾਇਆ ਉਹ 2,22,51,105 ਰੁਪਈਏ ਦਾ ਚੂਨਾ ਇਹਨੇ ਲਾਇਆ ਜਿਹੜਾ ਕਿ ਇਹਨਾਂ ਦਾ ਖਜ਼ਾਨੇ ਵਿੱਚ ਜਮ੍ਹਾਂ ਹੋਣਾ ਚਾਹੀਦਾ ਸੀ ਜਿਹੜਾ ਉੱਥੇ EO ਸੀ EO ਨੂੰ ਇਸ ਗੱਲ ਦਾ ਨੋਟਿਸ ਹੋਇਆ ਸੀ ਵੀ ਤੂੰ ਇਹ ਪੈਸੇ ਜਮ੍ਹਾਂ ਕਿਉਂ ਨਹੀਂ ਕਰਾਇਆ ਅਤੇ ਨਾ ਫਾਈਲਾਂ ਜਮ੍ਹਾਂ ਕਰਾ ਕੇ ਉਹਨੇ ਫਾਈਲਾਂ ਵੀ ਨਹੀਂ ਜਮ੍ਹਾਂ ਕਰਾਈਆਂ ਸੀ ਕਿਉਂਕਿ ਇਹ ਕੰਮ ਸਾਰੇ ਰਲ ਮਿਲ ਕੇ ਹੀ ਹੁੰਦੇ ਸੀ ਉਹ ਰਲ ਮਿਲ ਕੇ ਹੋਣ ਦੇ ਨਾਲ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਹੋਈ ਹੈ ਇਹਨਾਂ ਦੇ ਹੋਰ ਵੀ ਦੋਸਤ ਕਈ ਸਾਰੇ ਨੇ ਇਹਦੇ ਨਾਲ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵੀ ਵਧਣਗੀਆਂ ਕਿਉਂਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾ ਲੈਂਦੇ ਨੇ ਫਰਜ਼ੀ ਤੌਰ ਦੇ ਉੱਤੇ ਅਤੇ ਉਹਦੇ ਬੈਂਕਾਂ ਤੋਂ ਵੀ ਲੋਨ ਲੈਂਦੇ ਨੇ ਅੱਛਾ ਲੋਕਾਂ ਦੇ ਨੂੰ ਵੱਡੇ ਵੱਡੇ ਬੋਰਡ ਲਾ ਕੇ ਬੜੇ ਬੜੇ ਇਸ਼ਤਿਹਾਰ ਪਾ ਕੇ ਬਹੁਤ ਵਧੀਆ ਕਲੋਨੀਆਂ ਸਸਤੇ ਭਾਅ ਮਿਲ ਰਹੀ ਹੈ ਲੀਜ ਮਿਲ ਰਹੀ ਹੈ ਇਸ ਲਈ ਇਹ ਜਦ ਤੱਕ ਸਾਡੇ ਪੰਜਾਬ ਦੇ ਵਿੱਚੋਂ ਇੱਦਾਂ ਦੀ ਲੁੱਟ ਬਜ਼ਾਰੀ ਬੰਦ ਨਹੀਂ ਹੁੰਦੀ ਜਦ ਤੱਕ ਲੋਕ ਜਿਹੜੇ ਆਮ ਵਿਚਾਰੇ ਮਜ਼ਦੂਰ ਨੇ ਜਾਂ ਛੋਟੇ ਮੁਲਾਜ਼ਮ ਨੇ ਜਾਂ ਨੌਕਰੀ ਕਰਦੇ ਹਨ ਜਿਹਨਾਂ 10-15, 20-25, 30 ਹਜ਼ਾਰ ਤੱਕ ਨਾ ਉਹਨਾਂ ਦੇ ਖਰਚੇ ਪੂਰੇ ਹੁੰਦੇ ਜੋ ਘਰ ਬਣਾਉਣ ਵਾਸਤੇ ਜਦੋਂ ਕਰਦੇ ਹਨ ਇਹ ਲੋਕ ਉਹਨਾਂ ਨੂੰ ਲੁੱਟ ਕੇ ਖਾ ਲੈਂਦੇ ਨੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ EO ਰਕੇਸ਼ ਸ਼ਰਮਾ ਹੈਗਾ ਜਿਹੜਾ 2001 ਦਾ ਉਹਨੂੰ 2021 'ਚ ਨੋਟਿਸ ਜਾਰੀ ਕੀਤਾ ਸੀ ਉਹਨਾਂ ਨੂੰ ਬਈ ਤੂੰ ਜਿਹੜੇ ਹੈਗੇ ਆ
सवा 2 करोड़ रुपया जिहड़ा टैक्स दा त्रिकोण इहनूं जमा करा, ना उह पैसा जमा कराया ते ना ही उह फाइलां जमा कराईआं जिहदे एनओसी दित्ती होई है। इक बहुत वड्डा घपला हैगा जिहदे नाल अज उह ब्याज ला के ये सवा 2 तो भी 2.5-3 करोड़ के नेड़े पहुंच गया है। इसलिए उन्होंने हाथ पाना विजिलेंस की एक अच्छी शुरुआत। ਕਾਨਪੁਰ ਸਾਹਿਬ ਜਿਵੇਂ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਇਹਦਾ ਜਿਹੜਾ ਲਿੰਕ ਹੈ ਅੱਗੇ ਕਿੱਥੇ ਤੱਕ ਨਿਕਲੇਗਾ, ਕੀ ਤਾਰਾਂ ਚਰਨਜੀਤ ਸਿੰਘ ਚੰਨੀ ਨਾਲ ਵੀ ਜੁੜਦੇ ਨਜ਼ਰ ਆਉਣਗੀਆਂ, ਕਿਉਂਕਿ ਪਹਿਲਾਂ ਵੀ ਜਿਹੜੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਭਾਵੇਂ ਚਰਨਜੀਤ ਚੰਨੀ ਦੇ ਭਾਣਜੇ ਦੀ ਹੋਈ ਸੀ ਈਡੀ ਦੇ ਵੱਲੋਂ, ਤਾਂ ਉਹ ਉੱਥੇ ਤੱਕ ਹੀ ਸੀਮਿਤ ਰਿਹਾ ਸੀ ਮਾਮਲਾ, ਤਾਂ ਕੀ ਲੱਗਦਾ ਹੈ ਕਿ ਕਿਉਂਕਿ ਸਿਆਸੀ ਸ਼ਹਿ ਤੋਂ ਬਿਨਾਂ ਅਜਿਹੇ ਕੰਮ ਨਹੀਂ ਹੋ ਸਕਦੇ, ਏਡੇ ਵੱਡੇ ਜਿਹੜੇ ਕਪਲੇ ਨਹੀਂ ਹੋ ਸਕਦੇ, ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਤਾਰਾਂ ਉੱਥੇ ਤੱਕ ਜੁੜਦੀਆਂ ਨਜ਼ਰ ਆਉਣਗੀਆਂ ਚੰਨੀ ਤੱਕ, ਜਾਂ ਫਿਰ ਮਾਮਲਾ ਇੱਥੇ ਤੱਕ ਹੀ ਸੀਮਿਤ ਰਹਿ ਸਕਦਾ? ਚੱਠਾ ਸਾਹਿਬ ਪੋਲੀਟੀਕਲ ਪਾਵਰ ਤੋਂ ਬਿਨਾਂ ਜਾਂ ਅਫਸਰਸ਼ਾਹੀ ਦੀ ਯਾਰੀ ਤੋਂ ਬਿਨਾਂ ਇਹ ਕੰਮ ਨਹੀਂ ਹੁੰਦੇ। ਜਦੋਂ CM ਦੀ ਛਤਰ ਛਾਇਆ ਹੋਵੇ, CM ਦੇ ਨਾਲ ਉੱਠਣਾ ਬੈਠਣਾ ਹੋਵੇ, CM ਦੇ ਬੈੱਡਰੂਮ ਤੱਕ ਜਾਣਾ ਹੋਵੇ, CM ਦੀ ਗੱਡੀ 'ਚ ਸਫ਼ਰ ਕਰਨਾ ਹੋਵੇ, CM ਦੇ ਸਟਿੱਕਰ ਆਪਣੀਆਂ ਗੱਡੀਆਂ 'ਤੇ ਲਾ ਕੇ ਦਫ਼ਤਰ ਦੇ, ਫਿਰ ਕਿਹੜਾ ਕੰਮ ਇਹਦਾ ਨਹੀਂ ਹੁੰਦਾ ਹੈਗਾ। ਇਸ ਲਈ ਇਹ ਤਾਰਾਂ ਨੇ ਜਿਹੜੀਆਂ ਚੰਨੀ ਤੱਕ ਤਾਂ ਪਹੁੰਚੀਆਂ ਹੋਈਆਂ ਨੇ ਤਕਰੀਬਨ, ਅਜੇ ਜਿਹੜੇ ਭਗਵੰਤ ਮਾਨ ਨੇ ਉਹ ਪਹਿਲਾਂ ਆਪਣਿਆਂ ਦੇ ਉੱਤੋਂ ਗਾਰਾ ਤਾਰਨਾ ਚਾਹੁੰਦੇ ਨੇ ਕਿ ਮੈਂ ਜੇ ਕੱਲ੍ਹ ਨੂੰ ਚੰਨੇ ਹੱਥ ਪਾਏ, ਲੋਕ ਕਹਿਣ ਦੇਖੋ ਓਪਰਿਆਂ ਨੂੰ ਫੜਿਆ ਜਾਂਦਾ, ਬਗਾਨਿਆਂ ਨੂੰ ਫੜਿਆ ਜਾਂਦਾ, ਦੂਜੀ ਵਾਰ ਆਪਣੇ ਹੱਥ ਪਾ, ਆਹ ਜਿਹੜੀ ਉਹਨਾਂ ਨੇ ਰਤਨ ਵਾਲੀ ਗ੍ਰਿਫਤਾਰੀ ਕੀਤੀ ਹੈ, ਇਹਦੇ ਨਾਲ ਵਿਰੋਧੀਆਂ ਦੀ ਵੀ ਨੀਂਦ ਹੈ ਜਿਹੜੀ ਉਹ ਹਰਾਮ ਹੋ ਗਈ ਹੈ, ਉਹਨਾਂ ਨੂੰ ਵੀ ਰਾਤੀ ਨੀਂਦ ਨਹੀਂ ਆਈ ਹੋਈ, ਕਈ ਤਾਂ ਲੁਕਦੇ ਫਿਰਦੇ ਨੇ। ਅੱਛਾ, ਇਸੇ ਗੱਲ ਨੂੰ ਲੈ ਕੇ ਹਾਈ ਕੋਰਟ ਵੀ ਬੜਾ ਤਤਪਰ ਹੋਇਆ। ਕੱਲ੍ਹ ਹਾਈ ਕੋਰਟ ਨੇ ਦੋਨੇ ਸਟੇਟਾਂ ਦੇ ਮੁਖੀਆਂ ਨੂੰ ਬੁਲਾ ਕੇ, ਪੰਜਾਬ ਤੇ ਹਰਿਆਣਾ ਨੇ DGP ਨੂੰ, ਦੋ ਪੰਜਾਬ ਦੇ ਬੁਲਾ ਤੇ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਤੁਹਾਡੇ ਕੋਲ ਜਿਹੜੇ ਇੰਨੇ ਇੰਨੇ ਕੇਸ ਪੈਂਡਿੰਗ ਪਏ ਨੇ, ਉਹਨਾਂ ਕੇਸਾਂ ਨੂੰ ਤੁਸੀਂ ਨਿਪਟਾਰਾ ਕਿਉਂ ਨਹੀਂ ਕਰਦੇ ਹੈਗੇ? ਉਹਨਾਂ ਜਲਦੀ ਨਿਪਟਾਰਾ ਕਰੋ ਤਾਂ ਕਿ ਉਹਨਾਂ ਨੂੰ ਅਸੀਂ ਸਮੇਂ ਬੰਧ ਨਾ ਉਹ ਕਰ ਸਕਿਆ। ਤੇ ਉਹਨਾਂ ਨੇ ਇੱਕ ਅੰਕੜੇ ਵੀ ਜਾਰੀ ਕੀਤੇ ਨੇ ਕਿ 4 ਜਨਵਰੀ ਨੂੰ 17 ਮਾਮਲੇ ਉਹਨਾਂ ਦੇ ਨੋਟ 'ਚ ਆਏ ਸੀ, ਜਿਹਦੇ ਵਿੱਚੋਂ 6 ਮਾਮਲੇ ਉਹਨਾਂ ਨੇ ਨਿਬੇੜ ਦਿੱਤੇ ਸੀ। ਉਹਨਾਂ ਕੋਲ 6 ਮਾਮਲੇ ਅਜੇ ਬਹੁਤ ਅਹਿਮ ਪਏ ਨੇ, DGP ਕੋਲ 6 ਮਾਮਲੇ ਵਿਜੀਲੈਂਸ ਕੋਲ ਪਏ ਨੇ, ਜਿਹੜੇ ਕਿ ਖਾਸ ਮਾਮਲੇ ਨੇ। ਬਿਕਰਮਜੀਤ ਸਿੰਘ ਮਜੀਠੀਆ ਦਾ ਮਾਮਲਾ ਪਿਆ ਹੈ, ਦਲਵੀਰ ਸਿੰਘ ਦਾ ਮਾਮਲਾ ਪਿਆ MLA ਦਾ, ਅੱਛਾ ਹਰਦਿਆਲ ਕੰਬੋਜ ਦਾ ਪਿਆ, ਮਨਤਾਰ ਸਿੰਘ ਬਰਾੜ ਦਾ ਪਿਆ, ਸ਼ਾਮ ਸੁੰਦਰ ਅਰੋੜੇ ਦਾ ਪਿਆ, ਸਾਧੂ ਸਿੰਘ ਧਰਮਸੋਤ ਦਾ ਪਿਆ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਉਹਨਾਂ ਨੂੰ ਜਲਦੀ ਲਿਆਉਣ ਦੇ ਲਈ ਹਾਈ ਕੋਰਟ ਨੇ ਵੀ ਸੋਚ ਰਹੀ ਹੈ। ਉੱਧਰ ਹਾਈ ਕੋਰਟ ਵੀ ਤਤਪਰ ਹੋਇਆ ਇਸ ਪਾਸੇ, ਦੂਜੇ ਪਾਸੇ ਪੰਜਾਬ ਸਰਕਾਰ ਵੀ ਤਤਪਰ ਹੋਈ ਹੈ। ਇਸ ਲਈ ਜਿੱਦਾਂ ਹੁੰਦਾ ਨਾ ਸ਼ਿਕਾਰ ਮਾਰਨ ਵਾਸਤੇ, ਉਹ ਜਿਹੜਾ ਸ਼ਿਕਾਰੀ ਹੁੰਦਾ ਉਹ ਇੱਕ ਖੇਤ ਦੇ 3 ਕੋਨਿਆਂ ਦੇ ਉੱਤੇ ਸ਼ਿਕਾਰੀ ਬਿਠਾਉਂਦਾ, ਇੱਕ ਪਾਸਾ ਰੱਖਦਾ ਵੀ ਇੱਥੋਂ ਨਿਕਲੂ, ਇੱਥੇ ਮੈਂ ਗੋਲੀ ਮਾਰੂੰਗਾ। ਇਸ ਲਈ ਪੰਜਾਬ ਸਰਕਾਰ ਤੇ ਹਾਈ ਕੋਰਟ ਇਹ ਕਰਪਸ਼ਨ ਨੂੰ ਜਿਵੇਂ ਤੁਸੀਂ ਉੱਧਰ ਕਹਿੰਦੇ ਸੀਗੇ ਕਿ ਇਸ ਨੂੰ ਜਿਹੜੇ ਲੀਡਰ ਨੇ ਇਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਉਹਨੂੰ ਲੈ ਕੇ ਫਾਸਟ ਟਰੈਕ ਅਦਾਲਤਾਂ ਹੋਣੀ ਚਾਹੀਦੀ ਨੇ, ਮਤਲਬ ਇਹਨਾਂ ਕਾਰਵਾਈਆਂ ਦੀ ਜਿਹੜੀ ਕੋਰਟ ਦੀ ਪ੍ਰੋਸੈਸ ਹੈ ਉਹ ਛੇਤੀ ਹੋਣੀ ਚਾਹੀਦੀ ਹੈ, ਕੋਰਟ ਦੀ ਪ੍ਰੋਸੀਡਿੰਗ, ਤਾਂ ਉਸੇ ਨੂੰ ਲੈ ਕੇ ਮੈਨੂੰ ਲੱਗਦਾ ਕਿ ਹਾਈ ਕੋਰਟ ਨੇ ਜਿਹੜਾ ਹੁਣ ਹੁਕਮ ਜਾਰੀ ਕੀਤਾ ਦੋਵੇਂ ਸੂਬਿਆਂ ਦੇ DGP ਨੂੰ ਕਿ ਜਿਹੜੇ MPs ਨੇ ਜਾਂ ਵਿਧਾਇਕ ਨੇ ਉਹਨਾਂ ਦੇ ਖਿਲਾਫ਼ ਜਿਹੜੇ ਮਾਮਲੇ ਚੱਲ ਰਹੇ ਨੇ ਉਹ 'ਚ ਤੇਜ਼ੀ ਲਿਆਂਦੀ ਜਾਵੇ, ਜੇਕਰ ਉਹਦੀ ਚਲਾਨ ਨਹੀਂ ਪੇਸ਼ ਕੀਤਾ ਤਾਂ ਛੇਤੀ ਚਲਾਨ ਪੇਸ਼ ਕੀਤਾ ਜਾਵੇ, ਜਿਹੜੀ ਟ੍ਰਾਇਲ ਦੀ ਪ੍ਰੋਸੈਸ ਹੈ ਉਹ ਵੀ ਤੇਜ਼ ਕੀਤੀ ਜਾਵੇ। ਤਾਂ ਕਿਵੇਂ ਦੇਖਦੇ ਹੋ ਹੁਣ ਜਿਹੜੇ ਕੁਝ ਲੀਡਰਾਂ ਦੇ ਉੱਤੇ ਲੋਕਾਂ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਸੀਗੇ ਕਿ ਇਹ ਬਾਅਦ ਚੋਂ ਵੱਧ ਜਾਂਦੇ ਆ, ਪਹਿਲਾਂ ਕਾਰਵਾਈਆਂ ਹੋ ਜਾਂਦੀਆਂ ਨੇ, ਅਦਾਲਤਾਂ ਦੀ ਪ੍ਰਕਿਰਿਆ ਲੰਬੀ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਇਨਸਾਫ਼ ਮਿਲਦਿਆਂ ਵੀ ਦੇਰੀ ਹੋ ਜਾਂਦੀ ਹੈ, ਪਰ ਹੁਣ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿ ਇੱਕ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਲੋਕਾਂ ਨੂੰ ਵੀ। ਚੱਠਾ ਸਾਹਿਬ, ਮੈਂ ਜਿਹੜਾ ਫੈਸਲਾ ਹਾਈ ਕੋਰਟ ਨੇ ਕੀਤਾ, ਜਸਟਿਸ ਮਸੀਹ AG ਮਸੀਹ ਤੇ ਬਿਕਰਮ ਅਗਰਵਾਲ, ਮੈਂ ਵਧਾਈ ਦਿੰਦਾ ਉਹਨਾਂ ਨੂੰ। ਆਪਾਂ ਪਹਿਲਾਂ ਵੀ ਆਪਣੀ ਐਪੀਸੋਡ ਦੇ ਵਿੱਚ 2-3 ਵਾਰ ਤੇ ਪ੍ਰੋਗਰਾਮ ਕਰ ਚੁੱਕੇ ਹਾਂ ਕਿ ਇਹਨਾਂ ਕੇਸਾਂ ਨੂੰ ਲਮਕਾਇਆ ਨਾ ਜਾਵੇ। ਜਦੋਂ ਲਮਕਾਇਆ ਜਾਂਦਾ, ਫਰਜ਼ ਕਰੋ ਅੱਜ ਸਰਕਾਰ ਹੈ, ਇਹਨੂੰ 10 ਮਹੀਨੇ ਹੋਏ ਨੇ ਬਣੀ ਨੂੰ, 11 ਮਹੀਨੇ ਹੋਏ ਨੇ, ਇਹਦੇ ਵਿੱਚ ਕੋਈ ਕਰਪਸ਼ਨ ਕਰਦਾ, ਜੇ ਉਹ ਕੇਸ 5-7 ਸਾਲ ਚੱਲਦਾ ਰਹੇ ਤੇ ਉਹ ਤੋਂ ਬਾਅਦ ਦੂਜੀ ਸਰਕਾਰ ਬਦਲ ਜਾਂਦੀ ਹੈ, ਉਹ ਕੇਸ ਧੂੜ ਥੱਲੇ ਮਿੱਟੀ ਥੱਲੇ ਦੱਬ ਜਾਂਦੇ ਨੇ ਤੇ ਉਹ ਆਪਣੀ ਅਪਰੋਚਾਂ ਲੜਾ ਕੇ ਬਰੀ। ਇਹਦੇ ਕੇਸਾਂ ਚਾਹੇ ਉਹ ਰੇਪ ਦਾ ਕੇਸ ਹੋਵੇ, ਚਾਹੇ ਕਰਪਸ਼ਨ ਦਾ ਹੋਵੇ, ਚਾਹੇ ਨਸ਼ੇ ਦਾ ਹੋਵੇ, ਉਹਨਾਂ ਦੇ ਫਾਸਟ ਟਰੈਕ ਅਦਾਲਤਾਂ, ਜਿਵੇਂ ਹੁਣ ਕੱਲ੍ਹ ਉਹਨਾਂ ਨੇ ਦੋਨੇ ਸੂਬਿਆਂ ਦੇ ਮੁਖੀਆਂ ਨੂੰ ਬੁਲਾ ਕੇ ਕਿਹਾ ਵੀ ਜਿਹੜੇ ਵਿਧਾਇਕ ਨੇ, ਜਿਹੜੇ MLA ਨੇ, ਮੈਂਬਰ ਪਾਰਲੀਮੈਂਟ ਨੇ, ਸਾਂਸਦ ਨੇ,
ਜਿੰਨੇ ਵੀ ਉਹਨਾਂ ਦੇ ਖਿਲਾਫ ਕੇਸ ਕਰਦੇ ਨੇ ਉਹਨਾਂ 'ਚ ਤੇਜ਼ੀ ਲਿਆਈ ਜਾਵੇ। ਜੇ ਉਹਨਾਂ ਦੇ ਚਲਾਨ ਪੇਸ਼ ਨਹੀਂ ਕੀਤਾ ਜਲਦੀ ਚਲਾਨ ਪੇਸ਼, ਜੇ ਚਲਾਨ ਪੇਸ਼ ਕਰਦੇ ਉਹਦੀ ਸਟੇਟਸ ਰਿਪੋਰਟ ਦਿੱਤੀ ਜਾਵੇ। ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਇਹ ਕਿੰਨੇ ਕਿੰਨੇ 10-10, 15-15 ਸਾਲ ਦੇ ਮਾਮਲੇ ਨਸ਼ਿਆਂ ਦੇ ਵਿੱਚ ਹੀ ਲਟਕ ਰਹੇ ਨੇ, ਬੇਅਦਬੀ ਦੇ ਮਾਮਲੇ ਕਿੰਨੀ ਦੇਰ ਦੇ ਲਟਕ ਰਹੇ ਨੇ, ਰੇਪ ਦੇ ਮਾਮਲੇ ਕਿੰਨੀ ਕਿੰਨੀ ਦੇਰ ਦੇ ਲਟਕ ਗਏ। ਜਦ ਤੱਕ ਦੋਸ਼ੀ ਨੂੰ ਸਮੇਂ ਨੀਅਤ ਦੇ ਵਿੱਚ, ਫਰਜ਼ ਕਰੋ ਕੋਰਟ ਦੀ ਮਰਜ਼ੀ ਹੈ ਜੇ ਉਹ 6 ਮਹੀਨੇ ਲਾ ਦੇ ਚਾਹੇ 5 ਮਹੀਨੇ ਲਾ ਦੇ, ਵੱਧ 6 ਮਹੀਨੇ ਤੋਂ ਵੱਧ, ਜਿਸ ਤੱਕ ਮੇਰੀ ਆਪਣੀ ਓਪੀਨੀਅਨ ਹੈ ਕਿ 6 ਮਹੀਨੇ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ, ਤਾਂ ਕਿ ਅਗਲਿਆਂ ਨੂੰ ਸਬਕ ਹੋ ਜਾਏ ਕਿ ਫਲਾਣਾ ਬੰਦਾ ਅਪਰੋਚ ਵਾਲਾ ਸੀ, ਉਹਨੇ ਗਲਤ ਕੰਮ ਕੀਤਾ ਸੀ, ਅੱਜ ਉਹ ਵੀ ਜੇਲ੍ਹ ਦੇ ਵਿੱਚ ਬੈਠਿਆ, ਤਾਂ ਆਮ ਲੋਕ ਜਿਹੜੇ ਨੇ ਉਹ ਡਰ ਲੱਗਦੇ। ਨਹੀਂ ਤਾਂ ਅੱਜ ਕਾਨੂੰਨ ਤੋਂ ਕੋਈ ਨਹੀਂ ਡਰਦਾ, ਅਗਲਾ ਕਹਿੰਦਾ ਰਿਸ਼ਵਤ ਲੈ ਕੇ ਫਸ ਜਾਓ ਅਤੇ ਰਿਸ਼ਵਤ ਲੈ ਕੇ ਛੁੱਟ ਜਾਓ। ਇਸ ਲਈ ਜਦ ਤੱਕ ਇਹ ਸਿਲਸਿਲਾ ਜਾਰੀ ਨਹੀਂ ਹੁੰਦਾ, ਨਾ ਰਿਸ਼ਵਤ ਦੇਣ ਵਾਲੇ ਨੂੰ ਬਖਸ਼ਿਆ, ਵੀ ਰਿਸ਼ਵਤ ਦਿੰਦਾ ਕੀ ਵਾਰ ਰਿਸ਼ਵਤ, ਜੇ ਕੋਈ ਬੰਦਾ ਰਿਸ਼ਵਤ ਦਿੰਦਾ ਹੈ ਤਾਂ ਉਹਦੇ ਵਿੱਚ ਵੀ ਉਹਦਾ ਮੈਨੀਫੋਲ ਗਲਤ ਕੰਮ ਕਰਾਊਗਾ, ਜਿਹੜਾ ਰਿਸ਼ਵਤ ਲੈਂਦਾ ਉਹ ਤਾਂ ਹੈ ਹੀ ਹੈ ਦੋਸ਼ੀ। ਇਸ ਲਈ ਰਿਸ਼ਵਤ ਦੇਣ ਵਾਲਾ ਵੀ ਦੋਸ਼ੀ ਹੈ, ਉਹਦੇ ਖਿਲਾਫ ਵੀ ਪੂਰੀ ਪੜਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਜਦ ਉਹਦਾ ਕੰਮ ਸਹੀ ਹੈ ਉਹ ਕਿਉਂ ਰਿਸ਼ਵਤ ਦੇ ਰਿਹਾ। ਇਸ ਲਈ ਉਹਦੀ ਦਾਲ ਦੇ ਵਿੱਚ ਵੀ ਕੋਈ ਨਾ ਕੋਈ ਕਾਲਾ ਹੁੰਦਾ। ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇ ਕੇ ਦਰਸ਼ਕਾਂ ਦੇ ਰੂਬਰੂ ਹੋਣ ਲਈ। ਚੱਠਾ ਸਾਹਿਬ ਤੁਹਾਡਾ ਤੇ ਚੈਨਲ ਦਾ ਤੇ ਬਹੁਤ ਹੀ ਮਾਣ ਤੇ ਸਤਿਕਾਰਯੋਗ ਸਰੋਤਿਆਂ ਦਾ, ਜਿਹੜੇ ਤੁਹਾਡੇ ਇਸ ਪ੍ਰੋਗਰਾਮ ਨੂੰ ਸੁਣ ਕੇ ਬਹੁਤ ਹੀ ਐਪਰੀਸ਼ੀਏਟ ਕਰਦੇ ਨੇ। ਕਈ ਤਾਂ ਮੈਨੂੰ ਜਿਹੜੇ ਨਹੀਂ ਸੀ ਜਾਣਦੇ ਹੋ, ਜਦੋਂ ਪ੍ਰੋਗਰਾਮ ਹੋ ਗਿਆ ਕਹਿੰਦੇ ਤੁਸੀਂ ਬੋਲਦੇ ਹੋ ਤੇ ਮਹਾਂ ਜੀ ਬੈਠੇ ਹੋ, ਬਹੁਤ ਵਧੀਆ ਤੁਸੀਂ ਨਿਰਪੱਖਤਾ ਨਾਲ ਪ੍ਰੋਗਰਾਮ ਕਰਦੇ ਹੋ। ਮਹਾਂ ਸਾਨੂੰ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਨੂੰ ਸੱਚ ਬੋਲਣ ਦਾ ਬਲ ਬਖਸ਼ੇ, ਅਸੀਂ ਸੱਚ ਦੇ ਉੱਤੇ ਖੜ ਸਕੀਏ, ਸੱਚ ਦੇ ਨਾਲ ਪਹਿਰਾ ਦੇ ਸਕੀਏ, ਕਿਸੇ ਦੇ ਧੱਕਾ ਹੁੰਦਾ ਅਸੀਂ ਬਰਦਾਸ਼ਤ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ। ਸਾਡੇ ਨਾਲ ਸਾਨੂੰ ਅੱਗੇ ਸਿੱਖ ਬੁੱਧੀਜੀਵੀ ਦੇ ਸਿਆਸੀ ਮਾਹਿਰ ਸਰਦਾਰ ਤ੍ਰਿਪੁਰ ਸਿੰਘ ਖਾਲਕਪੁਰ ਲਿੰਗ ਸਾਹਿਬ, ਜਿਨ੍ਹਾਂ ਨੇ ਤਮਾਮ ਖਬਰਾਂ ਨੂੰ ਲੈ ਕੇ ਬੜੇ ਹੀ ਵਧੀਆ ਢੰਗ ਦੇ ਨਾਲ ਆਪਣੇ ਵਿਚਾਰ ਰੱਖੇ ਨੇ। ਉਮੀਦ ਕਰਦੇ ਤੁਸੀਂ ਪ੍ਰੋਗਰਾਮ ਪਸੰਦ ਕਰੋਗੇ। ਪ੍ਰੋਗਰਾਮ ਦੇ ਮੁਤਲਕ ਕੋਈ ਵੀ ਤੁਹਾਡੀ ਰਾਏ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।